ਮੋਹਾਲੀ ਦੇ 3B2 ਫੇਸ 'ਚ ਇੱਕ ਜਵੈਲਰੀ ਦੀ ਸ਼ਾਪ ਤੇ ਅਚਾਨਕ ਫਾਇਰਿੰਗ ਹੋਈ ਔਰ ਪੂਰਾ ਦਹਿਸ਼ਤ ਦਾ ਮਾਹੌਲ ਫੈਲਣ ਕਾਰਨ ਲੋਕ ਵੀ ਇੱਧਰ ਉੱਧਰ ਭੱਜਣ ਲੱਗੇ। ਇਹ ਗੋਲੀ ਕਿਸੇ ਹੋਰ ਨੇ ਨਹੀਂ ਬਲਕਿ ਸਿਕਿਉਰਿਟੀ ਗਾਰਡ ਜਿਹੜਾ ਜਵੈਲਰੀ ਦੀ ਸ਼ਾਪ ਦੇ ਬਾਹਰ ਬੈਠਾ ਸੀਗਾ, ਗਲਤੀ ਨਾਲ ਦੁਨਾਲੀ ਉਹਦੀ ਥੱਲੇ ਵੱਜੀ ਤੇ ਅਚਾਨਕ ਦੋ ਫਾਇਰ ਹੋਏ ਹਨ। ਇਸ ਪੂਰੇ ਮਾਮਲੇ 'ਚ ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਿਕ ਦੋ ਫਾਇਰ ਹੋਏ ਹੈ, ਜਿਸ ਕਾਰਨ ਜਿਹੜੇ ਨੇੜੇ ਤੇੜੇ ਦੇ ਲੋਕ ਸੀਗੇ, ਚਾਰ ਲੋਕਾਂ ਨੂੰ ਛਰੇ ਲੱਗੇ ਹੈ, ਪੈਰਾਂ ਦੇ ਵਿੱਚ ਛਰੇ ਲੱਗੇ। ਹਾਲਾਂਕਿ ਕੋਈ ਜ਼ਿਆਦਾ ਸੀਰੀਅਸ ਇੰਜਰੀ ਨਹੀਂ ਹੈ, ਲੇਕਿਨ ਦੋ ਫਾਇਰ ਤੋਂ ਬਾਅਦ ਉੱਥੇ ਦਹਿਸ਼ਤ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਸੀਗਾ। ਹਾਲਾਂਕਿ ਜੋ ਗਨਮੈਨ ਹੈ ਪਾਲ ਸਿੰਘ, ਉਹਨੇ ਦੱਸਿਆ ਕਿ ਅਚਾਨਕ ਉਹਦੇ ਹੱਥ ਤੋਂ ਦੁਨਾਲੀ ਡਿੱਗੀ ਤੇ ਦੋ ਫਾਇਰ ਹੋਏ। ਪੁਲਿਸ ਨੇ ਪਾਲ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਤੇ ਉਹਦੀ ਦੁਨਾਲੀ ਵੀ ਰਿਕਵਰ ਕਰ ਲਈ। ਹਾਲਾਂਕਿ ਮਨਸ਼ਾ ਕੀ ਸੀ ਜਾਂ ਕਿਸ ਤਰ੍ਹਾਂ ਦਾ ਸਰਕਮਸਟਾਂਸਿਸ ਬਣੇ, ਇਹ ਸਾਰੀ ਚੀਜ਼ਾਂ ਹੁਣ ਇਨਵੈਸਟੀਗੇਟ ਕਰ ਰਹੀ ਹੈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸਭ ਤੋਂ ਪਹਿਲਾਂ ਦੁਨਾਲੀ ਰਿਕਵਰ ਕੀਤੀ ਔਰ ਪਾਲ ਸਿੰਘ ਤੋਂ ਪੁੱਛਗਿੱਛ ਲਗਾਤਾਰ ਜਾਰੀ ਔਰ ਜਿਹੜੇ ਲੋਕਾਂ ਨੂੰ ਇੰਜਰੀ ਹੋਈ ਹੈ, ਛਰੇ ਲੱਗੇ ਹੈ, ਉਹਨਾਂ ਨੂੰ ਫਸਟ ਏਡ ਦਿੱਤੀ ਗਈ। ਹਾਲਾਂਕਿ ਜ਼ਿਆਦਾ ਗੰਭੀਰ ਸੀਰੀਅਸ ਚੋਟਾਂ ਨਹੀਂ ਹੈ, ਇੰਜਰੀ ਨਹੀਂ ਹੈ, ਲੇਕਿਨ ਉਹਨਾਂ ਨੂੰ ਫਸਟ ਏਡ ਦੇ ਕੇ ਉੱਥੇ ਦਾ ਜਿਹੜਾ ਮਾਹੌਲ ਬਣਿਆ ਸੀਗਾ, ਲੋਕਾਂ ਨੂੰ ਸਮਝਾਇਆ ਕਿ ਅਚਾਨਕ ਇਹ ਜਿਹੜਾ ਹੈਗਾ ਅਚਾਨਕ ਉਸਦੇ ਤੇ ਫਾਇਰ ਹੋਏ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਕਿਉਂਕਿ ਜਦ ਗੋਲੀ ਚੱਲੀ ਸੀ ਤਾਂ ਅਚਾਨਕ ਦਹਿਸ਼ਤ ਦਾ ਮਾਹੌਲ ਜ਼ਰੂਰ ਫੈਲ ਗਿਆ ਸੀਗਾ ਕਿ ਅਚਾਨਕ ਜਵੈਲਰੀ ਸ਼ਾਪ 'ਚ ਕੌਣ ਪਹੁੰਚ ਗਿਆ, ਲੇਕਿਨ ਉਹ ਪਾਲ ਸਿੰਘ ਸੀ, ਸਿਕਿਉਰਿਟੀ ਗਾਰਡ ਸੀ ਜਿਹੜਾ ਜਵੈਲਰੀ ਸ਼ਾਪ ਦੇ ਬਿਲਕੁਲ ਬਾਹਰ ਬੈਠਦਾ, ਉਹਦੇ ਤੇ ਹੀ ਅਚਾਨਕ ਫਾਇਰ ਹੋਏ। ਦੋ ਫਾਇਰ ਦੱਸੇ ਜਾ ਰਹੇ ਨੇ, ਦੁਨਾਲੀ ਤੋਂ ਦੋ ਫਾਇਰ ਹੋਏ ਹੈ, ਜਿਸ ਕਰਕੇ ਹੁਣ ਪੁਲਿਸ ਉੱਥੇ ਪੁੱਛਗਿੱਛ ਕਰਦੀ ਨਜ਼ਰ ਆ ਰਹੀ। ਆਵਾਜ਼ ਆਈ ਬਸ, ਉਸ ਤੋਂ ਬਾਅਦ ਫਿਰ ਦਰਦ ਹੋਈ ਸਰੀਰ 'ਚ ਬਹੁਤ ਜ਼ਿਆਦਾ। ਕਿੱਥੇ ਲੱਗੀ ਤੁਹਾਡੀ? ਕਿੱਥੇ? ਮੇਰੇ ਇੱਕ ਲੱਤ 'ਚ, ਇੱਥੇ ਇਹਦੇ 'ਚ ਲੱਗੀ ਹੈ, ਇੱਕ ਇਹਦੇ 'ਚ, ਇੱਥੇ ਪਿੱਛੇ ਆਹ ਵਾਲੀ ਲੱਤ 'ਚ ਲੱਗੀ ਹੈ, ਇੱਕ ਬਾਜੂ 'ਤੇ। ਕਿੰਨੇ ਬੰਦੇ ਹੋਰ ਜ਼ਖਮੀ ਹੋਏ ਨੇ ਤੁਹਾਡੇ ਨਾਲ? ਬੰਦੇ ਦੋ ਤਿੰਨ ਹੋਰ ਸੀਗੇ, ਇੱਕ ਲੇਡੀ ਸੀਗੀ। ਕਿੱਥੇ ਲੈ ਕੇ ਗਏ ਨੇ ਉਹਨਾਂ ਨੂੰ? ਇੱਥੇ ਇੱਥੇ ਪਹਿਲਾਂ ਇੰਡਸਟਰੀ ਇਲਾਜ ਹੋਇਆ ਜੀ, ਹੁਣ ਐਕਸਟਰਾ ਕਰਾ ਕੇ ਆਏ ਹਾਂ। ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਥੇ ਪਵਿੱਤਰਾ ਜਵੈਲਰ 3B2 ਦੇ ਵਿੱਚ ਵੀ ਫਾਇਰ ਹੋਇਆ ਕੋਈ, ਤਾਂ PCR ਪਾਰਟੀ ਵੀ ਮੌਕੇ ਤੇ ਪਹੁੰਚ ਗਈ ਸੀਗੀ ਜੀ। ਅਸੀਂ ਵੀ ਥਾਣੇ ਵੱਲੋਂ ਆਏ ਹਾਂ। ਉਹ ਅਚਾਨਕ ਜਿਹੜਾ ਇਹਨਾਂ ਦਾ ਸਿਕਿਉਰਿਟੀ ਗਾਰਡ ਸੀ, ਉਹਨਾਂ ਤੋਂ ਰਾਈਫਲ ਨੀਚੇ ਡਿੱਗਣ ਤੇ ਫਾਇਰ ਹੋ ਗਏ ਨੇ ਅੱਗੇ। ਹਾਂ, ਸਿਕਿਉਰਿਟੀ ਗਾਰਡ ਇੱਥੇ ਨੇ ਜੀ। ਦੋ ਫਾਇਰ ਹੋਏ ਨੇ ਜੀ। ਉਹ ਚਾਰ ਬੰਦਿਆਂ ਦੇ ਲੱਗੇ ਆ ਸ਼ਰੇ, ਉਹ ਦਵਾਈ ਦਵੂਈ ਲੈ ਰਹੇ ਨੇ, ਆਪਣਾ ਇਲਾਜ ਕਰਾ ਰਹੇ ਨੇ। ਬਾਕੀ ਆ ਜੋ ਕਾਰਵਾਈ ਬਣਦੀ ਆ ਕਰਦੇ ਆ।